ਵੀਡੀਓ ਪਿੰਡ ਦੇ ਗਰੁੱਪ ਦੇ ਵਿੱਚ ਸ਼ੇਅਰ ਕੀਤੀਆਂ ਪਰ ਅਜੇ ਤੱਕ ਬਹੁਤਾ ਸੰਯੋਗ ਸਾਨੂੰ ਕਿਸੇ ਕੋਲੋਂ ਨਹੀਂ ਆਇਆ। ਸੋ ਮੇਰੀ ਦੁਬਾਰਾ ਬੇਨਤੀ ਹੈ ਕਿ ਇਸ ਸਕੂਲ ਨੂੰ ਵਧੀਆ ਬਣਾਉਣ ਵਾਸਤੇ ਥੋੜ੍ਹਾ ਥੋੜ੍ਹਾ ਕੋਈ 100 ਰੁਪਿਆ ਕੋਈ 200 ਰੁਪਿਆ ਆਪਣੇ ਹਿਸਾਬ ਦੇ ਨਾਲ ਇਸ ਸਕੂਲ ਨੂੰ ਦਾਨ ਕਰੇਗਾ ਅਤੇ ਸਾਡਾ ਸਕੂਲ ਜਿਹੜਾ ਪ੍ਰਾਈਵੇਟ ਸਕੂਲ ਨਾਲੋਂ ਵੱਧ ਸੋਹਣਾ ਬਣੇਗਾ। ਸੋ ਬੇਨਤੀ ਹੈ, ਇਹਨਾਂ ਬੇਨਤੀਆਂ ਨੂੰ ਸਵੀਕਾਰ ਕਰੋ, ਆਣ ਕੇ ਸਕੂਲ ਦੇ ਵਿੱਚ ਵੇਖੋ, ਕੰਮ ਨੂੰ ਵੇਖੋ ਔਰ ਸੇਵਾ ਦਾ ਦਾਨ ਜਿਹੜਾ ਉਹ ਦਿਓ, ਮਾਇਆ ਦਾ ਦਾਨ ਜਿਹੜਾ ਦਿਓ, ਤਾਂ ਕਿ ਹੋਰ ਰੁਕੇ ਹੋਏ ਕੰਮ ਜਿਹੜੇ ਆਪਾਂ ਵਧੀਆ ਤਰੀਕੇ ਨਾਲ ਕਰਾ ਸਕੀਏ। ਸੋ ਮੇਰਾ ਸਾਰੇ ਹੀ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਕਿ ਕੁਝ ਲੋਕਾਂ ਨੇ ਮੈਨੂੰ ਫੋਨ ਵੀ ਕੀਤੇ ਨੇ ਕਿ ਤੁਸੀਂ ਚਲੋ ਬਹੁਤ ਵਧੀਆ ਸਕੂਲ ਦੇ ਵਿੱਚ ਕੰਮ ਕਰ ਰਹੇ, ਕਿਉਂਕਿ ਸਾਡੇ ਮੈਡਮ ਨੇ ਔਰ ਉਹਨਾਂ ਦੀ ਰਹਿਨਮਾਈ ਹੈ ਜਿਹੜਾ ਕੰਮ ਵਧੀਆ ਸਕੂਲ ਦਾ ਅਸੀਂ ਕਰਵਾ ਰਹੇ ਹਾਂ। ਸੋ ਅੱਜ ਫਿਰ ਦੁਬਾਰਾ ਬੇਨਤੀ ਹੈ, ਇਸ ਚੱਲ ਰਹੇ ਕੰਮ ਦੁਬਾਰਾ ਹੀ ਉੱਧਰ ਸ਼ਨੀਵਾਰ ਮੀਟਿੰਗ ਕਰਵਾਈ ਸੀ, ਅੱਜ ਆਪਾਂ ਇਹ ਫਿਰ ਬੈਕ ਸਾਈਡ ਦੇ ਉੱਤੇ ਮੀਟਿੰਗ ਕਰਵਾ ਰਹੇ ਹਾਂ। ਸਕੂਲ ਨੂੰ ਸੋਹਣਾ ਬਣਾਉਣ ਵਿੱਚ ਮੈਡਮ ਬਹੁਤ ਹੀ ਰੰਗਾ ਕਾਫੀ ਯੋਗਦਾਨ ਨੇ। ਅੱਜ ਤੁਸੀਂ ਵੇਖ ਰਹੇ ਹੋ ਕਿ ਟਰੈਕਟਰ ਬੈਕ ਸਾਈਡ 'ਤੇ ਜਾ ਕੇ ਵੀ ਮਿੱਟੀ ਜਿਹੜੀ ਬਹੁਤ ਹੀ ਜਗ੍ਹਾ ਖਰਾਬ ਸੀਗੀ, ਜਿਹਨੂੰ ਅਸੀਂ ਸਾਫ਼ ਸੁਥਰਾ ਕਰ ਰਹੇ, ਬਿਲਕੁਲ ਸਾਫ਼ ਸੁਥਰਾ। ਔਰ ਕੰਧ ਦੇ ਬਾਹਰਲੀ ਸਾਈਡ ਸਾਰੇ ਪਿੰਡ ਦੀਆਂ ਜਿਹੜੀਆਂ ਰੂੜੀਆਂ ਨੇ ਉਹ ਲੱਗੀਆਂ ਹੋਈਆਂ। ਸੋ ਮੇਰੀ ਉਹਨਾਂ ਦੇ ਇਹ ਜਿਹੜੇ ਲਾਗੇ ਲਾਗੇ ਉਹਨਾਂ ਨੂੰ ਵੀ ਬੇਨਤੀ ਹੈ ਕਿ ਇਹ ਥੋੜ੍ਹਾ ਜਿਹਾ ਮਿਹਰਬਾਨੀ ਕਰੋ, ਸਕੂਲ ਦੇ ਲਾਗੇ ਇਹੋ ਜਿਹੀ ਕੋਈ ਵੀ ਰੂੜੀ ਹੋਰ ਪਾਣੀ ਦਾ ਜਿਹੜਾ ਆਪਣੇ